ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਗੁਰਦੁਆਰਾ ਸ਼੍ਰੀ ਸ਼ਹੀਦਗੰਜ ਸਾਹਿਬ ਵਿਖੇ ਇੱਕ ਰੈਲੀ ਕੀਤੀ ਗਈ ਹੈ, ਜਿਸ ਵਿੱਚ ਪ੍ਰਧਾਨ ਅਜਮੇਰ ਸਿੰਘ ਬਾਦਲ ਸਰਕਾਰ ਦੇ ਕਸੀਦੇ ਪੜ੍ਹਦੇ ਹੋਏ ਨਜ਼ਰ ਆਏ। ਇਸ ਮੌਕੇ ਉਹਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ SYL ਦੀ ਜ਼ਮੀਨ ਬਾਦਲ ਸਰਕਾਰ ਨੇ ਕਿਸਾਨਾਂ ਨੂੰ ਦੇ ਦਿੱਤੀ ਹੈ ਅਤੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਦੇਣ ਦਿੱਤਾ ਜਾਵੇਗਾ। ਅਤੇ ਜਿਹੜੀ SYL ਦਾ ਤੁਸੀਂ ਮੁੱਦਾ ਉਠਾਇਆ, ਜਿਹੜੀ ਇੰਨੀ ਡੂੰਘੀ ਹੈ ਨਹਿਰ, ਜੇ ਕਿਸਾਨਾਂ ਨੂੰ ਵਾਪਸ ਆ ਜਾਂਦੇ ਉਹ ਭਰ ਸਕਣਗੇ? ਦੇਖੋ, ਨਹੀਂ ਭਰ ਸਕਦੇ, ਮਾਲਕ ਤਾਂ ਹੋ ਗਏ, ਬੱਚੀਆਂ ਛੱਡ ਲੈਣੇ, ਸੋਚਾਂਗੇ ਕੀ ਕਰਨਾ, ਜਿਹੜਾ ਭਰ ਸਕਦਾ ਭਰ ਲਵੇ। ਇਹਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਘਬਰਾਇਆ ਵੀ ਨੌਜਵਾਨ ਇਹਨੂੰ ਨਹਿਰ ਦੇ ਅੱਗੇ ਆਉਣ ਜਿੱਕਣਾ, ਪਹਿਲਾਂ ਖੜਕੂ ਬਾਅਦ ਬੱਬਰਾਂ ਨੇ ਇੱਥੇ ਅਟੈਕ ਕੀਤੇ ਆ, ਵੀ ਇਹਦੇ ਵਿੱਚ ਹੁਣ ਨੌਜਵਾਨ ਦੁਆਰਾ ਸ਼ਹੀਦੀਆਂ ਦੇਣ, ਇਹ ਕੀ ਜਾਇਜ਼ ਆ? ਮੈਂ ਘਬਰਾਇਆ ਜੀ, ਇਹ ਗੱਲੇ ਨਹੀਂ ਮੈਂ ਕਹੀ। ਤੁਸੀਂ ਕਹਿ ਬੱਬਰਾਂ ਨੂੰ ਆਜ ਸ਼ਾਬਾ ਦਿੰਦੇ ਆ? ਮੇਰੀ ਗੱਲ ਧਿਆਨ ਨਾਲ ਸੁਣੋ, ਮੇਰੇ ਮੂੰਹ 'ਚ ਨਾ ਗੱਲ ਪਾਓ। ਅੱਗੇ ਮੇਰੇ ਨਹਿਰ ਦੇ ਹੱਕ 'ਚ ਲਿਖਤਾ ਸੀ ਕਿਸੇ ਬੰਦੇ ਨੇ, ਨਾ ਮੈਂ ਉੱਥੇ ਕੇਸ ਕਰਨਾ ਨਾ ਮੈਂ ਗੋਲੀ ਚਲਾਉਣੀ, ਠੀਕ, ਮੇਰੇ ਮੂੰਹ 'ਚ ਗੱਲ ਨਾ ਪਾਓ। ਮੈਂ ਕਿਹਾ PKU ਨੇ ਨਹਿਰ ਰੋਕੀ ਆ, ਬੱਬਰ ਲਹਿਰ ਅਤੇ ਕੁਛ ਬੰਦਿਆਂ ਨੇ ਇੱਥੇ ਚੀਫ ਇੰਜੀਨੀਅਰ ਮਾਰਤੇ, ਨਹਿਰ ਨਹੀਂ ਫੜੀ। ਮੈਂ ਨਹੀਂ ਕਹਿੰਦਾ ਵੀ ਮਾਰੋ ਇੱਥੇ। ਅਕਾਲੀ ਦਲ ਨੇ ਅੱਜ ਤੱਕ ਕਿਸਾਨ ਮੈਨੀਫੈਸਟੋ ਨਹੀਂ ਜਾਰੀ ਕੀਤਾ, ਆਪ ਪਾਰਟੀ ਨੇ ਮੈਨੀਫੈਸਟੋ ਜਾਰੀ ਕੀਤਾ, ਤੁਸੀਂ ਕਿਹਦੇ ਸਪੋਰਟ ਕਰਨ ਦੇ ਪਿੱਛੇ ਹੋ? ਅਸੀਂ ਅਜੇ ਸਪੋਰਟ ਦਾ ਫੈਸਲਾ ਹੀ ਨਹੀਂ ਲਿਆ, ਅਸੀਂ ਮੈਨੀਫੈਸਟੋ ਦੇਖ ਰਹੇ ਹਾਂ, ਅਸੀਂ ਚੁੱਪ ਕਰਕੇ ਬੈਠੇ ਹਾਂ, ਸੋਚਦੇ ਹਾਂ ਵੀ ਕੀ ਕਰਨਾ, ਫੈਸਲਾ ਕੀ ਲੈਣਾ, ਅਜੇ ਕੋਈ ਫੈਸਲਾ। ਇੱਕ ਸੁਖਵੀਰ ਬਾਦਲ ਜੀ ਨੇ ਕਿਸਾਨ ਜੀ ਨੂੰ ਨਕਸਲਾਈਟ ਕਿਹਾ ਹੈਗਾ ਜੀ, ਉਹਦੇ ਬਾਰੇ ਤੁਹਾਡਾ ਕੀ? ਉਹ ਸੁਖਵੀਰ ਤੋਂ ਪੁੱਛੋ ਜੀ, ਮੈਨੂੰ ਨਹੀਂ ਪਤਾ ਕਿਉਂ ਕਹਿੰਦਾ ਉਹ। ਤੁਸੀਂ ਅੱਜ ਮਰਿੰਡੇ ਦੇ ਉਹਦੇ ਵਿਰੁੱਧ ਤੁਸੀਂ ਧਰਨਾ ਕੋਈ ਲਾਇਆ ਨਹੀਂ ਜੀ, ਉਹਨਾਂ ਦੇ ਖਿਲਾਫ਼ ਕੋਈ ਬਿਆਨ ਨਹੀਂ ਜੀ ਤੁਸੀਂ ਦਿੱਤਾ? ਮੈਨੂੰ ਤਾਂ ਪਤਾ ਹੀ ਨਹੀਂ ਜੀ, ਮੈਂ ਕਾਲੇ ਪਾਣੀ ਗਿਆ ਹੂੰ। ਦੂਜੇ ਪਾਸੇ ਰੈਲੀ ਵਿੱਚ ਪਹੁੰਚੇ ਕਿਸਾਨਾਂ ਨੇ ਦੋਸ਼ ਲਗਾਉਂਦੇ ਕਿਹਾ ਕਿ ਇਸ ਰੈਲੀ ਵਿੱਚ ਸਿਰਫ ਤੇ ਸਿਰਫ ਸਿਆਸਤ ਕੀਤੀ ਜਾ ਰਹੀ ਸੀ ਤੇ ਕਿਸਾਨਾਂ ਦੇ ਮੁੱਦਿਆਂ ਤੇ ਕੋਈ ਵੀ ਗੱਲ ਨਹੀਂ ਕੀਤੀ ਗਈ ਹੈ। ਦੇਖੋ, ਅੱਜ ਇਹ ਹਾਲਾਤ ਇਸ ਤਰ੍ਹਾਂ ਦੇ, ਟੋਪੀਆਂ ਵਾਲੇ ਕਹਿ ਕੇ ਇੱਕ ਪਾਰਟੀ ਨੂੰ ਬਦਨਾਮ ਕਰ ਰਹੇ ਆ ਤੇ ਇੱਕ ਅਕਾਲੀ ਪਾਰਟੀ ਦੇ ਬਾਦਲ ਦੇ ਥਰੂ ਇਹ ਲੋਕਾਂ ਦੇ ਵਿੱਚ ਵਿਚਰ ਰਹੇ ਆ। ਬਾਦਲ ਵੱਲੋਂ ਇਹਨਾਂ ਨੂੰ ਸਖ਼ਤ ਹਦਾਇਤਾਂ ਵੀ ਲੋਕਾਂ ਦੇ ਵਿਚਰੋ, ਮੇਰਾ ਮਜ਼ਬੂਤ ਕਰੋ, ਕਿਉਂਕਿ ਲੋਕਾਂ ਦੇ ਵਿੱਚ ਆਧਾਰ ਨਹੀਂ ਰਿਹਾ ਅਕਾਲੀ ਪਾਰਟੀ ਦਾ, ਕਿਉਂਕਿ ਜਿਹੜੇ ਵਾਅਦੇ ਕਰੇ ਤੋ ਸਾਰੇ ਵਾਅਦਿਆਂ ਤੋਂ ਮੁੱਕਰ ਚੁੱਕੀ ਪਾਰਟੀ। ਅੱਜ ਹਾਲਾਤ ਕੀ ਨੇ ਹਰਿਆਣੇ ਦੇ ਵਿੱਚ, ਦੇਖੋ ਪੈਨਸ਼ਨ ਕਿੰਨੀ ਹੈ ਜ਼ਿਮੀਦਾਰ ਦੀ, ਅਤੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ। ਇੱਥੇ ਦੇਖੋ ਤੁਸੀਂ ਗੰਨੇ ਦਾ ਮਿੱਲ ਸਾਨੂੰ ਕੀ ਭਾਅ ਮਿਲ ਰਿਹਾ ਅਤੇ ਗੰਨੇ ਦੇ ਵਿੱਚ ਕਿਸ ਤਰ੍ਹਾਂ ਅਸੀਂ ਰੁੜ ਰਹੇ ਹਾਂ, ਇੱਥੇ ਇੱਕ ਗੱਲ ਹੋਈ ਅੱਜ ਕੱਲ੍ਹ ਗੰਨੇ ਦੀ? ਕੋਈ ਗੱਲ ਨਹੀਂ ਹੋਈ, ਇੱਕੇ ਗੱਲ ਹੈ ਟੋਪੀਆਂ ਵਾਲੇ ਮਾੜੇ। ਜਿਹੜੇ ਉਹਨਾਂ ਨੇ ਕਿਰਪਾਨਾਂ ਵਾਲਿਆਂ ਨੂੰ, ਸਰਦਾਰਾਂ ਨੂੰ ਟਿਕਟਾਂ ਦਿੱਤੀਆਂ, ਕਿਆ ਉਹ ਮਾੜੇ ਹੋ ਗਏ? ਇਹਨਾਂ ਨੇ ਗੱਲ ਦੇਖੋ, ਕਿਸਾਨੀ ਦੇ ਵਿੱਚ ਇਹ ਮੁੱਦੇ ਨਹੀਂ ਹੋਣੇ ਚਾਹੀਦੇ ਵੀ ਕਾਂਗਰਸ ਨੇ ਬਲਿਊ ਸਟਾਰ ਅਟੈਕ ਕਰਵਾਇਆ। ਜੇ ਕਾਂਗਰਸ ਨੇ ਅਟੈਕ ਕਰਵਾਇਆ ਤਾਂ ਉਹ ਬਾਦਲ ਨੇ ਕਰਵਾਇਆ, ਉਹਨਾਂ ਨੇ ਕੀਤਾ ਤਾਂ ਇਹਨਾਂ ਨੇ ਕਰਵਾਇਆ, ਦੋਸ਼ੀ ਤਾਂ ਦੋਨੋਂ ਹੋ ਗਏ ਨੇ। ਲੇਕਿਨ ਅੱਜ ਇਹ ਗੱਲ ਕਿਸਾਨੀ ਦੀ ਚਾਹੀਦੀ ਵੀ ਕਿਸਾਨੀ ਦੇ ਕਿਸ ਤਰ੍ਹਾਂ ਮੁੱਦੇ ਸੋਲਵ ਕੀਤੇ ਜਾਣ, ਕਿਸਾਨਾਂ ਦੇ ਹੱਕ ਕਿਸ ਤਰ੍ਹਾਂ ਮਿਲਣੇ ਚਾਹੁੰਦੇ। ਲੇਕਿਨ ਇੱਥੇ ਕਿਆ ਗੱਲ ਹੋ ਰਹੀ ਹੈ? ਇੱਥੇ ਇੱਕ ਪਾਰਟੀ ਨੂੰ ਬਹੁਮਤ ਦੇ ਰਿਹਾ, ਦੁਨੀਆਂ ਨੂੰ ਭਿੰਡਿਆ ਜਾ ਰਿਹਾ, ਇਸ ਤਰ੍ਹਾਂ ਹੋਣੀ ਨਹੀਂ ਚਾਹੀਦੀ। 18 ਯੂਨੀਅਨ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ, ਲੇਕਿਨ ਅੱਜ ਹਾਲਾਤ ਕੀ ਨੇ? 18 ਦੀਆਂ 18 ਆਡੋ ਪਾਰਟੀ ਹੋ ਰਹੀਆਂ ਨੇ, ਆਪਸੀ ਖੁਦਗਰਜ਼ੀਆਂ ਕਾਰਨ ਇਹਨਾਂ ਨੇ ਆਪਣੇ ਲਾਲਚਾਂ ਦੇ ਵਿੱਚ ਪੈਸੇ ਪੈ ਕੇ 10-10 ਲੱਖ ਰੁਪਇਆ ਪ੍ਰਧਾਨ ਸਾਹਿਬ ਨੂੰ ਮਹੀਨੇ ਦਾ ਮਿਲਦਾ ਹੈ, ਫਿਰ ਇਹ ਬੋਲਦੇ ਨਹੀਂ। ਇਹ ਲੋਕਾਂ ਨੂੰ ਕਹਿ ਰਹੇ ਹਾਂ SYL 'ਤੇ ਮਰੋ, ਜਿਹੜੇ ਬੱਬਰ ਮਰੇ ਉਹਨਾਂ ਦੇ ਘਰ ਜਾ ਕੇ ਸਾਂਭੇ ਕਿਸੇ ਨੇ? ਇਹਨਾਂ ਨੇ ਇੱਥੇ ਗੱਲ ਕੀਤੀ ਹੈ ਵੀ ਬੱਬਰਾਂ ਨੇ SYL ਨਹਿਰ ਬੰਦ ਕਰਵਾਈ, ਉਹ ਕੌਣ ਸੀ? ਬਲਵਿੰਦਰ ਸਿੰਘ ਜਟਾਣਾ, ਸੁਖਦੇਵ ਸਿੰਘ ਬੱਬਰ, ਲੇਕਿਨ ਕਿਆ ਇਹਨਾਂ ਨੇ ਘਰ ਸਾਂਭੇ ਉਹਨਾਂ ਨੇ? ਲੇਕਿਨ ਅੱਜ ਕਿਆ ਕਹਿ ਰਹੇ ਵੀ ਨੌਜਵਾਨ ਜੁੜੇ ਵੀ ਨੌਜਵਾਨਾਂ ਨੂੰ ਬੱਬਰ ਬਣਾਈਏ? ਇਹਨਾਂ ਦੇ ਹਾਲਾਤ ਕੀ ਨੇ ਵੀ ਨੌਜਵਾਨਾਂ ਨੂੰ ਬੱਬਰ ਬਣਾ ਕੇ ਅਤੇ ਨਹਿਰ ਬੰਦ ਕਰਵਾਈਏ? ਆਪ ਤਾਂ ਇਹਨਾਂ ਨੇ ਮਰਨਾ ਨਹੀਂ, ਆਪ ਇਹਨਾਂ ਲੋਕਾਂ ਨੇ, ਬੁੱਢੇ ਲੋਕਾਂ ਨੇ ਕੁਰਸੀਆਂ ਫੇਰ ਲੈ ਜਾਣੀਆਂ। ਇਹਨਾਂ ਦੇ ਹਾਲਾਤ ਇਹੀ ਨੇ ਵੀ ਨੌਜਵਾਨਾਂ ਨੂੰ ਜ਼ਿਆਦਾ ਗੁੰਮਰਾਹ ਕਰੋ, SYL 'ਤੇ ਭੜਕਾਓ, ਅਤੇ ਇਹਨਾਂ ਨੇ ਖੁਦ ਆਪਣਾ ਬਿਆਨ ਲਵਾਇਆ ਪ੍ਰਧਾਨ ਸਾਹਿਬ ਨੇ ਵੀ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ, ਮੈਂ ਇਹਨਾਂ ਦਾ ਖੁਦ ਦਾ ਬਿਆਨ ਸੁਣਿਆ ਵੀ ਹਰਿਆਣੇ ਨੂੰ, ਅਤੇ ਅੱਜ ਇਹ ਮੁੱਕਰ ਰਹੇ ਇੱਥੇ।
ਇਹਨਾਂ ਲੋਕਾਂ ਦਾ ਬਿਲਕੁਲ ਇਤਬਾਰ ਨਾ ਕਰਿਆ ਜਾਵੇ। ਇਹ ਗੁਮਰਾਹ ਕਰ ਰਹੇ ਕਿਸਾਨੀ ਨੂੰ, ਕਿਸਾਨਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਅਤੇ ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਹੈ। ਜਿਹੜੀ ਪਾਰਟੀ ਕੁਛ ਕਰੇਗੀ ਉਹਦੇ ਨਾਲ ਲੱਗਣ ਦੀ ਜ਼ਰੂਰਤ ਹੈ, ਨਾ ਕਿ ਇਹਨਾਂ ਪ੍ਰਧਾਨਾਂ ਦੇ ਕਹੇ ਤੋਂ ਉਹਨਾਂ ਦੇ ਅਕਾਲੀ ਦਲ ਨੇ ਅੱਜ ਤੱਕ। ਮੋਰਿੰਡਾ ਤੋਂ ਹਰਜਿੰਦਰ ਸਿੰਘ ਛਿੱਬੜ ਦੀ ਰਿਪੋਰਟ, ਪਹਿਰੇਦਾਰ ਟੀਵੀ।